नाभा के करतारपुर महल्ले के निवासी मनप्रीत सिंह ने अपनी एक बांह होने के बावजूद भी सिखी नूं कायम रखिया होया। जिथे अज दे युग विच नौजवान पीढ़ी अपने केसां दा कतल करवा रही है, उथे दूजे पासे सिखी नूं बरकरार रखण लई 21 साला दा नौजवान 11 साल पहलां एक हादसे दौरान अपनी खब्बी बांह गवा बैठा सी। इस घटना तों बाद उसने हार नहीं मन्नी अते अपनी एक बांह दे नाल ही पग बननी शुरू कर दित्ती। अज भी मनप्रीत एक बांह नाल ही पग बन के नौजवान पीढ़ी नूं सेध दे रहा है, जिस तो खुश होकर श्रोमणी गुरद्वारा प्रबंधक कमेटी ने इस नौजवान नूं गुरद्वारा दुख निवारण साहिब विखे कलर्क की नौकरी दे दित्ती है। जो अज तो 10 साल पहला जिहदी एक हादसे दौरान जिहड़ी एक बांह जिहड़ी आ उह गवाच गई सी, उहने फिर भी सिखी सिदक नूं नवाउंदिआं जिहड़ी दस्तार ते केसां दी जिहड़ी आ केसां दी बेअदबी नहीं कीती, और दस्तार बननी एक हथ ना ही सिखी, और जिहड़ा साडे अजकल दी जिहड़ी सिखी नौजवानी आ पतत हो रही उहदे लई एक प्रेरणा दा स्रोत होण बिड़िआ, और तुहाडे मीडिया नाभे राहीं सानूं पता लग्गिआ। उस तों बाद मानयोग प्रधान साहिब नूं उह असीं क्लिप दिखाया, उस तों बाद उहनां ने मेरी ड्यूटी ला के इस नूं घर भेजिआ इस दे, और उत्थे जा के असीं इस नूं दो पेशकशां कीतीआं वी तूं बेटा इस तरह ही सिक्खी प्रचार प्रचार च हिस्सा पाओ, जे तुसीं पढ़ना चाहो असीं तुहाडी पढ़ाई दा खर्चा देंगे, जे तुसीं नौकरी करनी चाहो तां उहदा वी तुहाडी जी आयां नूं। तां इहनां ने साडे कोल 3-4 महीने मंगे, उस तों बाद ਉਹਦੇ ਤਾਂ BA ਸੈਕਿੰਡ ਦੇ ਪੇਪਰ ਹੋ ਗਏ, ਤਾਂ ਇਸ ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਮਤਲਬ ਅਸੀਂ ਕਲਰਕ ਦੀ ਸੇਵਾ ਦਿੱਤੀ ਆ, ਔਰ ਨਾਲ ਨਾਲ ਇਸ ਤੋਂ ਸਿੱਖੀ ਪ੍ਰਚਾਰ ਪ੍ਰਸਾਰ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਇਸ ਨੂੰ ਪਿੰਡਾਂ 'ਚ ਲੈ ਕੇ ਅਸੀਂ ਜਿੱਥੇ ਦਸਤਾਰ ਕੈਂਪ ਲਾਏ ਜਾਣਗੇ ਉੱਥੇ ਲੈ ਕੇ ਜਾਵਾਂਗੇ, ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਅਸੀਂ ਦਰਸਾਵਾਂਗੇ ਵੀ ਤੁਸੀਂ ਤੁਹਾਡੇ ਸਾਰੇ ਹੱਥ ਕਾਇਮ ਨੇ, ਸਾਰਾ ਸਰੀਰ ਕਾਇਮ ਆ, ਪਰ ਤੁਸੀਂ ਜਿਹੜੀ ਸਾਡੇ ਕੇਸਾਂ ਦੀ ਬੇਅਦਬੀ ਕਰ ਰਹੇ ਹੋ, ਇਹ ਬੱਚਾ ਜੋ ਤੁਹਾਡੇ ਲਈ ਪ੍ਰੇਰਣਾ ਸਰੋਤ ਉਹਨਾਂ ਲਈ ਬਣੇਗਾ। ਇਸ ਕਰਕੇ ਅਸੀਂ ਇਸ ਨੂੰ ਪ੍ਰਚਾਰ ਦਾ ਆਪਣੇ ਦਾ ਜਿੱਥੇ ਸਾਡੇ ਹੋਰ ਪ੍ਰਚਾਰ ਦੇ ਸਾਧਨ ਨੇ ਇਹ ਵੀ ਇੱਕ ਹਿੱਸਾ ਬਣਾਵਾਂ। ਮੈਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਨਾ ਚਾਹੂੰਗਾ, ਉਹਨਾਂ ਨੇ ਮੈਨੂੰ ਨੌਕਰੀ ਦਿੱਤੀ। 10 ਸਾਲ ਪਹਿਲਾਂ ਇੱਕ ਕਰੰਟ ਲੱਗਣ ਕਾਰਨ ਮੇਰੀ ਇੱਕ ਬਾਂਹ ਚਲੀ ਗਈ ਸੀ, ਅਤੇ ਮੈਂ ਫਿਰ ਵੀ ਆਪਣੇ ਕੇਸ ਨਹੀਂ ਕਟਾਏ ਅਤੇ ਸਿੱਖੀ ਨੂੰ ਕਾਇਮ ਰੱਖਿਆ ਅਤੇ ਮੈਂ ਹੋਰਨਾਂ ਨੂੰ ਇਹੀ ਕਰਨਾ ਚਾਹਾਂਗਾ ਕਿ ਤੁਸੀਂ ਵੀ ਆਪਣੀ ਸਿੱਖੀ ਸਿਦਕ ਨੂੰ ਨਾ ਛੱਡੋ। ਪੰਚਮੀ ਵਾਲੇ ਦਿਨ ਕੋਠੇ 'ਤੇ ਪਤੰਗ ਉਡਾ ਰਿਹਾ ਸੀ, ਉਹਦੇ ਨਾਲ ਇਹਨੂੰ ਕਰੰਟ ਲੱਗਿਆ ਅਤੇ ਗਿਰ ਗਿਆ। ਉਸ ਟਾਈਮ 'ਤੇ ਮੈਂ ਬਹੁਤ ਰੋਈ ਕਿ ਇਹਨੂੰ ਕਰੰਟ ਲੱਗ ਗਿਆ, ਕਿਉਂਕਿ ਸਾਨੂੰ ਡਾਕਟਰਾਂ ਨੇ ਜਾਂਦੇ ਹੀ ਕਹਿਤਾ ਸੀ ਕਿ ਇਹਦੀ ਬਾਂਹ ਵੱਢਣੀ ਪਏਗੀ। ਮੈਨੂੰ ਬਹੁਤ ਡਾਕਟਰਾਂ ਨੇ ਕਿਹਾ ਵੀ ਤੁਹਾਡਾ ਬੇਟਾ ਬਹੁਤ ਹਿੰਮਤ ਵਾਲਾ ਹੈ, ਤੁਸੀਂ ਰੋਵੋ ਨਾ, ਅਰਦਾਸ ਕਰੋ। ਫਿਰ ਉਸ ਤੋਂ ਬਾਅਦ ਚਲੋ ਇਹ ਵੱਡਾ ਹੋ ਗਿਆ, ਇੱਕ ਦਿਨ ਮੈਨੂੰ ਕਹਿਣ ਲੱਗਾ ਮੰਮੀ ਮੈਨੇ ਆਪਣੇ ਕੇਸ ਕਟਾਉਣੇ ਨੇ। ਮੈਂ ਉਹਨੂੰ ਕਿਹਾ ਨਹੀਂ ਬੱਚੇ ਕੇਸ ਨਹੀਂ ਕਟਾਉਣੇ, ਤੂੰ ਪਗੜੀ ਬੰਨੀ ਸਿੱਖ, ਜਿੰਨੇ ਵੀ ਪੈਸੇ ਲੱਗਣਗੇ ਮੈਂ ਤੈਨੂੰ ਦਾਂਗੀ। ਇੰਨੇ ਹਿੰਮਤ ਕੀਤੀ, 1 ਮਹੀਨਾ ਇਹ ਪਗੜੀ ਸਿੱਖਣ ਗਿਆ, ਉਸ ਤੋਂ ਬਾਅਦ ਇਹ ਆਪੇ ਹੀ ਦਸਤਾਰ ਬੰਨਣ ਲੱਗ ਗਿਆ। ਇਸੀ ਦਸਤਾਰ ਦੇ ਕਾਰਨ ਹੀ ਅੱਜ ਇਹਨੂੰ ਨੌਕਰੀ ਮਿਲੀ ਹੈ, ਜਿਹਦਾ ਅਸੀਂ ਲੱਖ ਵਾਰੀ ਧੰਨਵਾਦ ਕਰਦੇ ਹਾਂ ਕਿ ਇੱਕ ਬਾਂਹ ਆਉਣ ਦੇ ਬਾਵਜੂਦ ਵੀ ਮੇਰੇ ਬੱਚੇ ਦੀ ਅੱਜ ਕਦਰ ਪਈ ਹੈ। ਹੋਰ ਵੀ ਬਹੁਤ ਲੋਕ ਹੋਣਗੇ ਜਿਹੜੇ ਇੱਕ ਬਾਂਹ ਵਾਲੇ ਹੋਣਗੇ, ਪਰ ਇਹਨੇ ਆਪਣੀ ਦਸਤਾਰ ਨੂੰ ਸਜਾਇਆ, ਉਹਦੀ ਬਦੌਲਤ ਹੀ ਅੱਜ ਇੱਥੇ ਤੱਕ ਪਹੁੰਚ ਗਿਆ ਕਿ ਇਹਨੂੰ ਗੁਰਦੁਆਰਾ ਸਾਹਿਬ ਵਿੱਚ ਇਹਨੂੰ ਨੌਕਰੀ ਮਿਲੀ ਹੈ। ਮੈਂ ਗੁਰਦੁਆਰੇ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਵਾਹਿਗੁਰੂ ਇਹਨੂੰ ਇੰਨੀ ਸਮੱਤ ਬਖਸ਼ੇ ਕਿ ਆਪਣੀ ਨੌਕਰੀ 'ਤੇ ਹਮੇਸ਼ਾ ਹੀ ਕਾਇਮ ਰਹੇ ਔਰ ਸਿੱਖੀ ਨੂੰ ਕਾਇਮ ਰੱਖੇ। ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ, ਪਹਿਰੇਦਾਰ TV।